सिद्ध सभा कर आसन बैठे संत सभा जयकारो तिस आगे रहरास हमारी साचा अपर अपारो मस्तक काट धरी तिस आगे तन मन आगे देऊ नानक संत मिले सच पाइए सहज पाए जस लेऊ। संगत टैलीविजन दे इस विशेष प्रोग्राम दे विच आप सब दा स्वागत है। जिमें कि आप जानते हो कि संगत टैलीविजन संगतां दा संगतां लई ते संगतां वल्लों ही चलाया जांदा है, इसलिए हर गल जी संगत दे फायदे लई होवे, सरबत दे भले लई होवे, सब दे फायदे लई होवे, वो उचेच दे के आप सब नाल सांझी कीती जांदी है। अज खास तौर दे उत्ते आप जी नाल एक ऐसा गुरसिख आप जी दे सन्मुख कर रहे हैं जिन्हां दी परवरिश बेशक सहजधारी हिंदू परिवार विच होई, पर कीर्तन दी लगन, गुरबाणी दी लगन, सतगुरु दीआं बख्शिशां उहनां दे नाल ऐसियां जुड़ियां कि ਉਹ ਪੂਰਨ ਗੁਰਸਿੱਖੀ ਜੀਵਨ ਦੇ ਵਿੱਚ ਆਏ ਅਤੇ ਗਾਂਹ ਹੋਰਾਂ ਨੂੰ ਆਪ ਨਾਮ ਜਪਦੇ ਨੇ, ਦੂਜਿਆਂ ਨੂੰ ਨਾਮ ਜਪਾਉਂਦੇ ਨੇ, ਆਪ ਕੀਰਤਨ ਕਰਦੇ ਨੇ, ਦੂਜਿਆਂ ਨੂੰ ਕੀਰਤਨ ਸਿਖਾਉਂਦੇ ਨੇ, ਆਪ ਸੇਵਾ ਕਰਦੇ ਨੇ, ਦੂਜਿਆਂ ਨੂੰ ਸੇਵਾ ਕਰਨ ਲਈ ਆਖਦੇ ਨੇ। ਸੋ ਆਪਣਾ ਜੀਵਨ ਹੀ ਸਿੱਖੀ ਨੂੰ ਸਮਰਪਿਤ ਕਰ ਦਿੱਤਾ। ਮੇਰੀ ਮੁਰਾਦ ਹੈ ਵੀਰਜੀਤ ਸਿੰਘ ਜੀ ਜਿਹੜੇ ਬਿਲਕੁਲ ਮੇਰੇ ਨੇੜੇ ਆ ਕੇ ਬੈਠੇ ਨੇ, ਉਹਨਾਂ ਦੀ ਆਮਦ ਨੂੰ ਜਿਆਂ ਵੀ ਆਖਦੇ ਹਾਂ, ਔਰ ਖਾਸ ਤੌਰ 'ਤੇ ਉਹਨਾਂ ਨੂੰ ਲੈ ਕੇ ਆਏ ਨੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਅੰਦਰ। ਇਹ ਸਰਦਾਰ ਸਰਬਜੀਤ ਸਿੰਘ ਜੀ ਆਲੂ ਵਾਲੀ ਜਿਹੜੇ ਕਿ ਬੜੇ ਨਾਮਵਰ ਬਿਜ਼ਨਸਮੈਨ ਦੇ ਤੌਰ 'ਤੇ ਜਾਣੇ ਜਾਂਦੇ ਨੇ, ਦੋਵਾਂ ਨੂੰ ਜਿਆਂ ਵੀ ਆਖਦੇ ਹਾਂ ਔਰ ਫਤਿਹ ਵੀ ਸਾਂਝੀ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰਜੀਤ ਸਿੰਘ ਜੀ, ਤੁਹਾਡਾ ਸਹਿਜਧਾਰੀ ਪਰਿਵਾਰ ਦੇ ਵਿੱਚ, ਹਿੰਦੂ ਪਰਿਵਾਰ ਦੇ ਵਿੱਚ ਇੱਕ ਤਰ੍ਹਾਂ ਦਾ ਜਨਮ ਹੋਇਆ, ਪਾਲਣ ਪੋਸ਼ਣ ਹੋਇਆ, ਕਿੱਥੇ ਤੁਹਾਡਾ ਪਰਿਵਾਰ ਰਹਿੰਦਾ? ਅਸੀਂ ਹਿੰਦੁਸਤਾਨ ਵਿੱਚ ਦਿੱਲੀ ਸ਼ਹਿਰ ਮਾਲਵੇ ਨਗਰ ਵਿਖੇ ਸਾਡਾ ਵਾਸ ਹੈ। ਹਾਂਜੀ। ਅਤੇ ਸਾਡਾ ਪਰਿਵਾਰ ਸਾਰਾ ਉੱਥੇ ਹੀ ਹੈ ਜੀ। ਅਤੇ ਮਹਾਰਾਜ ਦੀ ਕਿਰਪਾ ਨਾਲ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ਾਂ ਨਾਲ ਇਹ ਸਤਿਗੁਰਾਂ ਨੇ ਆਪਣੇ ਅੰਗ ਲਾਇਆ, ਆਪਣੇ ਲੜ ਲਾਇਆ ਅਤੇ ਦਾਸ ਨੂੰ ਗੁਰਸਿੱਖੀ ਬਖਸ਼ਿਸ਼ ਕੀਤੀ। ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ ਕਿ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਦੀ ਸੇਵਾ ਕਰਦੇ ਰਹੀਏ ਅਤੇ ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ, ਜਿਸ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕੋਟਾਨ ਕੋਟ। ਧੰਨਵਾਦ ਗੁਰੂ ਸਾਹਿਬ ਦਾ ਅਤੇ ਸੰਗਤਾਂ ਦੇ ਚਰਨ ਪਰਸਦੇ ਰਹੀਏ। ਪਰਿਵਾਰਕ ਪਿਛੋਕੜ, ਅੱਜ ਕੱਲ੍ਹ ਤਾਂ ਪਰਿਵਾਰਕ ਪਿਛੋਕੜ ਕੀ ਹੈ? ਪਿਤਾ ਜੀ ਦਾ ਕੀ ਨਾਂ ਹੈ, ਉਹਨਾਂ ਦੇ ਪਿਤਾ ਜੀ ਕੀ ਕਰਦੇ, ਪਿਤਾ ਜੀ ਕੀ ਕਰਦੇ ਸੀਗੇ, ਔਰ ਪਰਿਵਾਰਕ ਪਿਛੋਕੜ ਜਿਹੜਾ ਉਹਦੇ ਬਾਰੇ ਥੋੜ੍ਹਾ ਜ਼ਰੂਰ ਸਾਂਝਾ। ਅਸੀਂ ਜਿਹੜਾ ਸਾਡਾ ਪਰਿਵਾਰ ਹੈ ਜੀ, ਉਹ ਪਾਕਿਸਤਾਨ ਰਾਵਲਪਿੰਡੀ ਤੋਂ ਸੰਬੰਧਿਤ ਹੈ। ਹਾਂਜੀ। ਅਤੇ ਮੇਰੇ ਦਾਦਾ ਜੀ ਨਾਮ ਲਾਲਾ ਵਜ਼ੀਰ ਚੰਦ ਸੀ। ਹਾਂਜੀ। ਅਤੇ ਪਿਤਾ ਜੀ ਦਾ ਨਾਮ ਭਰਤ ਲਾਲ ਸੀ ਜੀ। ਜਦੋਂ ਪਾਰਟੀਸ਼ਨ ਹੋਇਆ, ਅਸੀਂ ਪਾਕਿਸਤਾਨ ਤੋਂ ਹਿੰਦੁਸਤਾਨ ਦਿੱਲੀ ਆਏ ਜੀ। ਅਤੇ ਸਾਡਾ ਜਿਹੜਾ ਪਰਿਵਾਰ ਸੀ, ਹਾਂਜੀ, ਉਹ ਬਹੁਤ ਸਹਿਜਦਾਰੀ ਪਰਿਵਾਰ, ਗੁਰਸਿੱਖੀ ਨਾਲ ਸੰਬੰਧਿਤ ਸਾਰੇ ਸਾਰੇ ਕਾਰਜ, ਹਾਂਜੀ, ਮਹਾਰਾਜ ਦੀ ਉਹ ਟਾਸਰਾ ਲੈ ਕੇ ਹੁੰਦੇ ਸੀ ਘਰ ਵਿੱਚ। ਦਾਦਾ ਜੀ ਬੜੇ ਇਸ ਗੱਲੋਂ ਬੜੇ ਪ੍ਰਤਪੱਖ ਸੀਗੇ। ਪਿਤਾ ਜੀ ਨੇ ਉਹ ਰਵਾਇਤ ਸਾਨੂੰ ਵੀ ਬਖਸ਼ਿਸ਼ ਕੀਤੀ, ਘਰ ਵਿੱਚ ਚੱਲਿਆ ਉਹ ਕੰਮ। ਪੂਰਾ ਪਰਿਵਾਰ ਸਾਡਾ ਕੀਰਤਨ ਕਰਦਾ ਹੈ ਅਤੇ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਇਹ ਬੂਟਾ ਉਹਨਾਂ ਨੇ ਲਾਇਆ ਅਤੇ ਗੁਰਸਿੱਖੀ ਦਾ ਚਾਅ ਚੜ੍ਹਿਆ ਅੰਦਰ, ਕਿਉਂਕਿ ਜਿਹੜਾ ਬੂਟਾ ਲਗਾਇਆ ਸੀ ਉਹਦੇ ਵਿੱਚ ਜਦੋਂ ਸਮਾਂ ਪਾ ਕੇ ਉਹ ਫਲੀਭੂਤ ਹੋਇਆ ਮਹਾਰਾਜ ਦੀ ਕਿਰਪਾ ਨਾਲ। ਅਤੇ ਜਦੋਂ ਮੈਂ ਅੰਮ੍ਰਿਤਪਾਨ ਕੀਤਾ 1992 ਵਿੱਚ ਜੀ, ਅਤੇ ਬੜੀ ਮੈਂ ਕਹਿੰਦਾ ਕਿ ਪੁਰਵਲੇ ਭਾਗ ਨੇ, ਪਿਤਾ ਜੀ ਨੇ ਮੈਨੂੰ ਦੇਖ ਕੇ ਜਾਂ ਜੀਵਨ ਤੋਂ ਪ੍ਰਭਾਵਿਤ ਹੋ ਕੇ 70 ਸਾਲ ਦੀ ਉਮਰ 'ਚ ਉਹਨੇ ਆਪ ਅੰਮ੍ਰਿਤਪਾਨ ਕੀਤਾ ਅਤੇ ਉਹਨਾਂ ਛਪ ਕੇ ਉਹ ਤਿਆਰ ਗੁਰੂ ਵਾਲੇ ਹੁਣ ਸਭ ਪਰਿਵਾਰ ਚੜ੍ਹਾਇਆ ਬੇਟੇ ਸਾਰਾ ਪਰਿਵਾਰ ਹੀ ਜੀ? ਨਹੀਂ, ਮੈਂ ਆਪਣੇ ਪਰਿਵਾਰ 'ਚ ਸਿੰਘ ਇਕੱਲਾ ਹੀ ਹਾਂ। ਹਾਂਜੀ। ਆਈ ਐਮ ਦਾ ਓਨਲੀ ਪਰਸਨ ਅਤੇ ਮੇਰੇ ਪਿਤਾ ਜੀ, ਅਜੇ ਮੇਰੇ ਦੋਨੋਂ ਭਰਾਵਾਂ 'ਤੇ ਕਿਰਪਾ ਨਹੀਂ ਹੋਈ ਹੈ, ਮਹਾਰਾਜ ਕਿਰਪਾ ਕਰਨਗੇ। ਤੁਹਾਡੇ ਬੱਚੇ ਗਾ? ਮੇਰੇ ਦੋਨੋਂ ਬੱਚੇ ਅੰਮ੍ਰਿਤਧਾਰੀ ਸਿੰਘ ਨੇ, ਇੱਕ ਦੋ ਬੱਚੇ ਨੇ, ਦੋ ਮੁੰਡੇ। ਹਾਂਜੀ। ਇੱਕ ਦਾ ਨਾਂ ਨਵਉਦੇ ਸਿੰਘ, ਇੱਕ ਜਪਪ੍ਰਦੀਪ ਸਿੰਘ, ਦੋਨੋਂ ਕੀਰਤਨ ਕਰਦੇ ਨੇ। ਹਾਂਜੀ। ਮਹਾਰਾਜ ਦੀ ਕਿਰਪਾ ਹੈ। ਹਾਂਜੀ। ਉਹ ਵੀ ਅੰਮ੍ਰਿਤਧਾਰੀ ਸਿੰਘ ਨੇ, ਤਿਆਰ ਪਰ ਤਿਆਰ ਜੀ। ਅਤੇ ਭਾਈ ਸਰਬਜੀਤ ਸਿੰਘ ਜਾਲੋ ਵਾਲੇ ਸਾਹਿਬ, ਤੁਸੀਂ ਕਿਉਂਕਿ ਇਹਨੂੰ ਲੈ ਕੇ ਆਏ, ਇਹਨਾਂ ਦੇ ਨਾਲ ਤੁਹਾਡੀ ਸਾਂਝ ਕਿੱਦਾਂ ਜੁੜੀ ਅਤੇ ਕਿੰਨਾ ਕੁ ਇਹਨਾਂ ਬਾਰੇ ਜਾਣਦੇ ਹੋ, ਕੀ ਖਾਸ ਗੱਲ ਕਰਨੀ ਚਾਹੋਗੇ ਇਹਨਾਂ ਬਾਰੇ? ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਬਿਰਜੀਤ ਸਿੰਘ ਜੀ ਦੇ ਨਾਲ ਤਕਰੀਬਨ ਸੰਨ 2000 ਜਾਂ 1999 ਤੋਂ ਇਹਨਾਂ ਦੇ ਸੰਪਰਕ ਵਿੱਚ ਹੈਗਾ ਵਾਂ। ਅਸੀਂ ਇੰਡੀਆ ਦਿੱਲੀ ਹੀ ਹੁੰਦੇ ਸੀਗੇ ਅਤੇ ਬਿਰਜੀਤ ਸਿੰਘ ਜੀ ਮੇਰੇ ਬੱਚਿਆਂ ਨੂੰ ਕੀਰਤਨ ਸਿਖਾਇਆ ਕਰਦੇ ਸੀਗੇ ਜੀ। ਮੇਰੀ ਬੇਟੀ ਜਿਹੜੀ 4-5 ਸਾਲ ਦੀ ਉਸ ਵੇਲੇ ਸੀਗੀ, ਉਹਨਾਂ ਨੇ ਇਹਨਾਂ ਕੋਲੋਂ ਕੀਰਤਨ ਸਿੱਖਿਆ ਜੀ। ਤਾਂ ਤੋਂ ਸਾਡੇ ਤਾਲੁਕਾਤ ਇਹਨਾਂ ਨਾਲ ਡਿਵੈਲਪ ਹੋਏ ਨੇ ਪਰਿਵਾਰਿਕ ਜੀ। ਇਹਨਾਂ ਨੂੰ ਮੈਂ ਤਾਂ ਦਾ ਦੇਖਦਾ ਪਿਆ, ਇਹਨਾਂ ਨੇ ਆਪਣੀ ਕਿਰਤ 'ਤੇ ਕਰਦੇ ਹੈਗੇ ਨੇ, ਕੰਮ ਕਰਦੇ ਹੈਗੇ ਨੇ, ਲੇਕਿਨ ਨਾਲ ਨਿਸ਼ਕਾਮ ਜਿਹੜਾ ਕੀਰਤਨ ਸਿਖਾਉਂਦੇ ਨੇ ਉੱਤੇ ਬੱਚਿਆਂ ਨੂੰ, ਇੱਕ ਇਹਨਾਂ ਨੇ ਐਸਾ ਉਪਰਾਲਾ ਕੀਤਾ ਹੋਇਆ ਜਿਹਦੇ ਵਿੱਚ ਜਿੰਨਾ ਵੀ ਇਹਨਾਂ ਕੋਲ ਵਕਤ ਹੈਗਾ ਉਹ ਵਕਤ ਨੀਰਾ ਹੀ ਬੱਚਿਆਂ ਨੂੰ, ਬਜ਼ੁਰਗਾਂ ਨੂੰ ਬਸ ਕੀਰਤਨ ਸਿਖਾਉਣ 'ਤੇ ਹੀ ਆਪਣਾ ਵਕਤ, ਸਾਰਾ ਵਕਤ ਉਸੇ ਪਾਸੇ ਲਾਇਆ ਦਾ ਇਹਨਾਂ ਨੇ। ਅਤੇ ਸਾਡੇ ਨਾਲ ਰਫਤਾ ਇਹਨਾਂ ਨਾਲ ਹੁੰਦਾ ਹੀ ਰਹਿੰਦਾ ਸੀਗਾ। ਅਤੇ ਮੈਂ 2005 ਦੇ ਵਿੱਚ ਇੰਗਲੈਂਡ ਆ ਗਿਆ, ਸ਼ਿਫਟ ਕਰ ਗਿਆ ਸੀ 2005 ਵਿੱਚ। ਹਾਂਜੀ। ਅਤੇ ਜਦੋਂ ਵਾਪਸ ਜਾਣਾ ਇੰਡੀਆ ਅਤੇ ਇਹਨਾਂ ਨਾਲ ਮੁਲਾਕਾਤ ਹੋਣੀ, ਫਿਰ ਸਾਡਾ ਕੀਰਤਨ ਦਾ ਕੋਈ ਨਾ ਕੋਈ ਪ੍ਰਭਾਵ, ਕੋਈ ਨਾ ਕੋਈ ਕੀਰਤਨ ਦੇ ਅਸੀਂ ਸਮਾਗਮ ਕਰਨੇ ਅਤੇ ਇਹਨਾਂ ਨਾਲ ਫਿਰ ਮੁਲਾਕਾਤ ਹੋਣੀ, ਸਭ ਕੁਝ ਕਰਦੇ ਰਹੇ। ਅਸੀਂ ਇੱਥੇ ਦਾ ਇਹਨਾਂ ਨੂੰ ਜਦੋਂ ਦੱਸੀਦਾ ਸੀਗਾ ਕਿ ਇੰਗਲੈਂਡ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ, ਸਿੱਖੀ ਕਿਸ ਤਰ੍ਹਾਂ ਪ੍ਰਫੁੱਲਿਤ ਹੋ ਰਹੀ ਹੈ ਇੱਥੇ, ਕਿਸ ਤਰ੍ਹਾਂ ਬੱਚਿਆਂ ਨੂੰ ਇੱਥੇ ਸਿਖਾਇਆ ਜਾਂਦਾ ਹੈ, ਸਾਡੇ ਗੁਰਦੁਆਰੇ ਤਾਂ ਕਿਸ ਤਰ੍ਹਾਂ ਓਪਰੇਟ ਕਰਦੇ ਨੇ, ਕਿਉਂਕਿ ਇਹਨਾਂ ਦੀ ਵਰਕਿੰਗ ਇੱਕ ਆਪਣੀ ਹੈ ਜੀ। ਇਹ ਇਹਨਾਂ ਨੂੰ ਅਜੇ ਬਾਹਰ ਦਾ ਐਕਸਪੋਜ਼ਰ ਨਹੀਂ ਸੀਗਾ ਜੀ। ਅਤੇ ਮੇਰਾ ਵੀ ਮਨ ਬਹੁਤ ਕਰਦਾ ਸੀਗਾ ਕਿ ਇਹਨਾਂ ਨੂੰ ਇੱਕ ਵਾਰੀ ਉੱਥੇ ਜਾ ਕੇ, ਇੰਗਲੈਂਡ ਜਾ ਕੇ ਇਹਨਾਂ ਨੂੰ ਦਿਖਾਇਆ ਜਾਏ ਜਿਹੜਾ ਕਿ ਕੁਛ ਇੱਥੇ ਸਿੱਖ ਕੇ ਜਾਣ ਅਤੇ ਕੁਛ ਇੱਥੇ ਦੇ ਕੇ ਜਾਣ। ਕਲਚਰਲ ਐਕਸਚੇਂਜ ਵਾਲੀ ਗੱਲ ਵੀ, ਕਲਚਰਲ ਐਕਸਚੇਂਜ ਜਿਹੜਾ ਕਿ ਇਹਨਾਂ ਨੂੰ ਇੱਕ ਰਿਚ ਐਕਸਪੀਰੀਅੰਸ ਹੋਵੇ ਅਤੇ ਵਾਪਸ ਹਿੰਦੁਸਤਾਨ ਜਾ ਕੇ ਬੱਚਿਆਂ ਨੂੰ ਹੋਰ ਜ਼ਿਆਦਾ ਕੋਈ ਉਹਦੇ 'ਚ ਐਡ ਪਾਉਣ ਕਰ ਸਕਣ ਜੀ। ਐਤਕੀ ਵੱਡੇ ਦਿਨਾਂ ਦੀ ਛੁੱਟੀਆਂ ਦੇ ਵਿੱਚ ਰੱਬ ਨੇ ਜਿੱਦਾਂ ਚਾਹਿਆ ਵਾਹਿਗੁਰੂ ਨੇ, ਅਤੇ ਇਹਨਾਂ ਦਾ ਪ੍ਰੋਗਰਾਮ ਬਣ ਗਿਆ। ਅਤੇ ਜ਼ਿਆਦਾ ਸਾਡਾ ਝੁਕਾਵ ਇਹ ਸੀਗਾ ਕਿ ਸਮਾਗਮ ਸੀਗਾ ਨਿਸ਼ਕਾਮ, ਗੁਰੂ ਨਾਨਕ ਨਿਸ਼ਕਾਮ ਸੇਵਕ, ਜਿਸ ਨਾਲ ਤੁਸੀਂ ਜੁੜੇ ਹੋਏ ਆ, ਭਾਈ ਸਾਹਿਬ ਦੇ ਨੇੜੇ ਹੋ, ਸੋ ਤਾਂ ਹੈ ਹੀ। ਹਾਂਜੀ, ਭਾਈ ਸਾਹਿਬ 'ਤੇ ਬਹੁਤ ਕਿਰਪਾ ਹੈਗੀ ਸਾਡੇ 'ਤੇ। ਅਤੇ ਇਹਨਾਂ ਸਮਾਗਮ ਸੀਗਾ 10 ਦਿਨਾਂ ਦਾ, ਅਤੇ ਅਸੀਂ ਫਿਰ ਪ੍ਰੋਗਰਾਮ ਇਸ ਤਰ੍ਹਾਂ ਦਾ ਰੱਖਿਆ ਕਿ ਤੁਹਾਨੂੰ ਸਮਾਗਮ ਵੀ ਦਿਖਾਇਆ ਜਾਵੇ, ਇੱਥੇ ਸੰਗਤਾਂ ਕਿਸ ਤਰ੍ਹਾਂ ਪਾਠ ਹੁੰਦਾ ਹੈ, ਕਿਸ ਤਰ੍ਹਾਂ ਕੀਰਤਨ ਹੁੰਦਾ ਹੈ ਅਤੇ ਕਿਸ ਤਰ੍ਹਾਂ ਕੀ ਕੁਝ ਹੁੰਦਾ ਹੈ। ਅਤੇ ਉਹਦੇ ਜੁੜੇ ਇਹਨਾਂ ਨੂੰ ਉਹ ਚੀਜ਼ ਦਿਖਾਈ, ਬਲਕਿ ਭਾਈ ਸਾਹਿਬ ਦੇ ਉੱਥੇ ਕੀਰਤਨ ਕਰਨ ਦਾ ਵੀ ਇਹਨਾਂ ਨੂੰ ਸਵਾਬ ਮਿਲਿਆ। ਸਮਾਗਮ ਦੇ ਵਿੱਚ ਇਹਨਾਂ ਨੇ ਕੀਰਤਨ ਕੀਤਾ। ਇੱਕ ਤਾਂ ਇਹ ਇਹਨਾਂ ਨੂੰ ਕਾਫੀ ਹੈਰਾਨਗੀ ਹੋ ਰਹੀ ਹੈ ਇੱਥੇ ਜਿਸ ਤਰ੍ਹਾਂ ਸਿੰਘ ਜੁੜੇ ਨੇ, ਕਿਸ ਤਰ੍ਹਾਂ ਬੱਚਿਆਂ ਨੂੰ ਸਿਖਾਇਆ ਜਾ ਰਿਹਾ, ਕੀ ਕੀਤਾ ਜਾ ਰਿਹਾ। ਅਤੇ ਮੇਰਾ ਇੰਟਰਸਟ ਸਿਰਫ ਇੰਨਾ ਹੀ ਸੀਗਾ ਕਿ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਿਖਾਈਆਂ ਜਾਣ ਤਾਂ ਕਿ ਵਾਪਸ ਜਾ ਕੇ ਇੱਕ ਹੋਰ 11 ਹੋ ਜਾਣ, ਇਹ ਪਰਿਵਾਰ ਹੋਰ ਅੱਗੇ ਨੂੰ ਵਧੇ ਅਤੇ ਇਹਨਾਂ ਨੂੰ ਹੋਰ ਜ਼ਿਆਦਾ ਚੀਜ਼ ਜੀ। ਅਤੇ ਬੀਰਜੀਤ ਸਿੰਘ ਜੀ, ਕਿਉਂਕਿ ਤੁਸੀਂ ਸਾਹਿਤਾ ਦੀ ਹਿੰਦੂ ਪਰਿਵਾਰ 'ਚੋਂ ਅਤੇ ਪਿਤਾ ਜੀ ਦਾ ਨਾਮ ਵੀ ਹਿੰਦੂ ਨਾਂ ਹੈ, ਦਾਦਾ ਜੀ ਦਾ ਨਾਮ ਵੀ ਹਿੰਦੂ ਨਾਂ, ਤੁਹਾਡਾ ਨਾਮ ਪਹਿਲਾਂ ਬਚਪਨ 'ਚ ਕਿਹੜਾ ਨਾਂ ਸੀਗਾ? ਮੇਰਾ ਨਾਮ ਬ੍ਰਿਜਭੂਸ਼ਣ ਸੀ ਜੀ। ਹਾਂਜੀ। ਅਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਅੰਮ੍ਰਿਤਪਾਨ ਕਰਕੇ ਤਿਆਰ ਬਰ ਤਿਆਰ ਹੋਏ ਅਤੇ ਸਤਿਗੁਰਾਂ ਨੇ ਨਾਂ ਬਖਸ਼ਿਸ਼ ਕੀਤਾ ਬੀਰਜੀਤ ਸਿੰਘ। ਬੀਰਜੀਤ ਸਿੰਘ ਸਤਿਗੁਰ ਨੇ ਬਖਸ਼ਿਸ਼, ਸਤਿਗੁਰ ਨੇ ਰਹਿਮਤ ਕਰ ਦਿੱਤੀ। ਕੀ ਫਰਕ ਮਹਿਸੂਸ ਕਰਦੇ ਹੋ ਪਹਿਲਾਂ ਘਰ ਦਾ, ਕੀ ਮਾਹੌਲ, ਘਰ ਦਾ ਮਾਹੌਲ ਕੀ ਸੀ ਜਦੋਂ ਯਾਨੀ ਸਿੱਖੀ ਵੱਲੇ ਤੁਸੀਂ ਆਏ ਹੋ, ਅਤੇ ਘਰ ਦਾ ਮਾਹੌਲ ਪਹਿਲਾਂ ਕੀ ਸੀਗਾ? ਘਰ ਦਾ ਮਾਹੌਲ ਜਿਵੇਂ ਕਿ ਮੈਂ ਆਪ ਜੀ ਨੂੰ ਦੱਸਿਆ, ਜਿਵੇਂ ਕਿ ਘਰ ਦਾ ਮਾਹੌਲ ਗੁਰਸਿੱਖੀ ਵਾਲਾ ਹੀ ਸੀਗਾ। ਸਾਡੇ ਘਰ ਸਾਰੇ ਕਾਰਜ ਜਿੰਨੇ ਵੀ ਹੈਗੇ ਨੇ ਉਹ ਮਹਾਰਾਜ ਦਾ ਓਟ ਆਸਰਾ ਲੈ ਕੇ ਹੀ ਹੁੰਦੇ, ਸਹਿਜਦਾਰੀ ਪਰਿਵਾਰ 'ਚ। ਸਹਿਜਦਾਰੀ ਪਰਿਵਾਰ 'ਚ ਅਤੇ ਸਵੇਰੇ ਆਪਣਾ ਨਿਤਨੇਮ ਸਾਰੇ ਕਰਦੇ, ਸ਼ਾਮੀ ਰਰਾਜ ਸਾਹਿਬ, ਰਾਤ ਕੀਰਤਨ ਸੋਹਲਾ ਕਰਕੇ ਸਾਰਾ ਜਿਸ ਤਰ੍ਹਾਂ ਗੁਰਮਤਿ ਮਰਿਆਦਾ ਹੈ ਜੀ, ਅਤੇ ਮਹਾਰਾਜ ਦੀ ਕਿਰਪਾ ਨਾਲ ਉਸ ਤਰ੍ਹਾਂ ਹੀ ਚੱਲਿਆ ਜਾਂਦਾ ਸੀ। ਅਤੇ ਮੈਂ ਜ਼ਿਆਦਾ ਫਰਕ ਮਹਿਸੂਸ ਕੀਤਾ ਨਹੀਂ, ਕਿਉਂਕਿ ਸ਼ੁਰੂ ਤੋਂ ਹੀ ਉਹ ਸੀਗਾ ਅਤੇ ਬਾਅਦ ਵਿੱਚ ਵੀ ਉੱਦਾਂ ਹੀ ਰਿਹਾ। ਠੀਕ ਜੀ। ਅਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰ, ਪਿਤਾ ਜੀ ਵੱਲੋਂ ਹਦਾਇਤਾਂ ਸੀਗੀਆਂ ਹਿੰਦੂ ਪਰਿਵਾਰ 'ਚ? ਜੀ 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 ਜੀ, ਪਿਤਾ ਜੀ ਇਸ ਪੱਖੋਂ ਬਹੁਤ ਜ਼ਿਆਦਾ ਉਹ ਉਹਨਾਂ ਨੇ ਸਾਡੇ ਨੂੰ ਨਿਯਮ ਵਿੱਚ ਬੰਨਿਆ ਸੀ ਜੀ। ਇੱਕ ਮੈਨੂੰ ਯਾਦ ਆਉਂਦਾ ਹੈ ਕਿ ਸ਼ਾਮ ਵੇਲੇ ਸਾਡੇ ਵਿੱਚੋਂ ਪਰਿਵਾਰ 'ਚੋਂ ਅਗਰ ਕੋਈ ਬੱਚਾ ਰਾਜ ਸਾਹਿਬ ਨੂੰ ਮਿਸ ਕਰਦਾ ਹੁੰਦਾ ਸੀ, ਜਿਸ ਤਰ੍ਹਾਂ ਬੱਚੇ ਨੇ ਖੇਡਣ, ਹਾਂਜੀ ਸਹਿਜ ਸੁਭਾਏ, ਅਤੇ ਜਿਹੜਾ ਬੱਚਾ ਪਾਠ ਮਿਸ ਕਰਦਾ ਸੀ, ਅਤੇ ਪਿਤਾ ਜੀ ਦੀ ਸਖ਼ਤ ਹਿਦਾਇਤ ਸੀ ਮਾਤਾ ਜੀ ਨੂੰ ਕਿ ਉਸ ਬੱਚੇ ਨੂੰ ਰਾਤ ਦਾ ਖਾਣਾ ਡਿਨਰ ਨਹੀਂ ਦੇਣਾ।
ਜੀ ਉਹ ਆ ਕੇ ਮੈਂ ਹੀ ਉਹਨੂੰ ਡਿਨਰ ਦਿਆਂਗਾ ਅਤੇ ਨਾਲੇ ਪੁੱਛਾਂਗਾ ਬਈ ਤੂੰ ਰਾਜ ਸਾਹਿਬ ਕਿਉਂ ਨਹੀਂ ਅਟੈਂਡ ਕੀਤੀ, ਕਿਉਂ ਨਹੀਂ ਕੀਤੀ, ਕੀਰਤਨ ਵਾਲੇ ਪਾਸੇ ਕਿੱਦਾਂ ਹੈ? 6 ਸਾਲ ਦੀ ਉਮਰ 'ਚ ਹੀ ਦਾਸ ਨੂੰ ਮੇਰੇ ਵੱਡੇ ਭਰਾਤਾ ਸਾਹਿਬ ਉਹ ਤਬਲਾ ਸਿੱਖਦੇ ਸਨ ਜੀ, ਅਤੇ ਜਿਹੜੇ ਉਸਤਾਦ ਜੀ ਆਉਂਦੇ ਸਨ ਉਹ ਉਹਨਾਂ ਨੂੰ ਤਬਲੇ ਦੀ ਸ਼ਿਕਸ਼ਾ ਦਿੰਦੇ ਸੀ ਜੀ। ਉਹ ਬਹੁਤ ਵੱਡੇ ਉਸਤਾਦ ਸਨ, ਉਸਤਾਦ ਬਾਬੂ ਲਾਲ ਜੀ ਦਿੱਲੀ ਘਰਾਣੇ ਤੋਂ ਜੀ, ਅਤੇ ਗਾਇਕੀ ਵਿੱਚ ਵੀ ਪਰਫੈਕਟ ਸੀਗੇ ਜੀ। ਅਤੇ ਇੱਕ ਦਿਨ ਭਾਈ ਸਾਹਿਬ ਘਰ ਨਹੀਂ ਸੀ ਅਤੇ ਉਸਤਾਦ ਜੀ ਆ ਗਏ ਅਤੇ ਮੈਂ ਬੈਠਿਆ ਸੀ ਅਤੇ ਉਸਤਾਦ ਜੀ ਨੇ ਮੈਨੂੰ ਕਿਹਾ ਕਿ ਬੇਟਾ ਤੂੰ ਆ ਤੈਨੂੰ ਅੱਜ ਕੁਛ ਸਿਖਾਉਂਦੇ ਹਾਂ। ਅਤੇ ਉੱਥੋਂ ਲੱਗਣ ਲੱਗੀ ਅਤੇ ਉਹ ਦਿਨ ਪਿਤਾ ਜੀ ਦਾ ਬੜਾ ਇਹਦੇ ਵਿੱਚ ਮੇਰਾ ਬਹੁਤ ਵੱਡਾ ਰੋਲ ਰਿਹਾ, ਬਹੁਤ ਵੱਡਾ ਉਹਨਾਂ ਦਾ ਮੈਨੂੰ ਆਸ਼ੀਰਵਾਦ ਰਿਹਾ ਕਿ ਉਹ ਕਿਉਂਕਿ ਗੁਰਬਾਣੀ ਨਾਲ ਜੁੜੇ ਸੀ, ਸੰਗੀਤ ਨਾਲ ਵੀ ਜੁੜੇ ਸੀ ਅਤੇ ਇਸ ਕਰਕੇ ਉਹ ਜਿਹੜਾ ਹੈ ਬੂਟਾ ਉਹਨਾਂ ਨੇ ਜਿਹੜਾ ਲਾਇਆ ਹੁਣ ਅੱਜ ਮਾਤਾ ਦੀ ਕਿਰਪਾ ਨਾਲ ਮੇਰੇ ਜਿਹੜੇ ਸਟੂਡੈਂਟ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਮੇਰੇ ਸਟੂਡੈਂਟ ਨੇ ਜਿਹੜੇ ਸਿੱਖਦੇ ਨੇ ਬੱਚੇ ਔਰ ਬੜੇ ਬੜੇ ਅੱਛੇ ਕੀਰਤਨੀ ਹੈ ਜਿਹੜੇ ਨੇ। ਸੋ ਤਬਲੇ ਤੋਂ ਤੁਸੀਂ 6 ਸਾਲ ਦੀ ਉਮਰ 'ਚ ਸਾਜ਼ ਸਿੱਖਣੇ ਸ਼ੁਰੂ ਕੀਤੇ, ਕੀਰਤਨ ਸ਼ੁਰੂ ਕਰ ਲਿਆ, ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਆ? ਮਹਾਰਾਜ ਦੀ ਕਿਰਪਾ ਜੀ, ਸਾਜ਼ ਤਾਂ ਕਾਫੀ ਵਜਾ ਲੈਂਦੇ ਹਾਂ। ਹਾਂਜੀ, ਜਿਹੜੇ ਤਬਲਾ ਹੈ ਹਾਂਜੀ ਉਹ ਉਹਦੇ ਵਿੱਚ ਤਬਲੇ ਦੇ ਨਾਲ ਢੋਲਕ ਹੈ ਹਾਂਜੀ, ਅਤੇ ਪਖਾਵਜ ਹੈ, ਮਰਦੰਗ ਹੈ ਜੀ, ਇਹਦੇ ਨਾਲ ਇਹ ਵਜਾ ਲੈਂਦੇ ਜੀ, ਔਰ ਹਾਰਮੋਨੀਅਮ ਹੈ ਜੀ, ਸਿੰਥੇਸਾਈਜ਼ਰ ਹੈ ਜੀ, ਇਹ ਸਾਰੇ ਸਾਜ਼, ਬਾਂਸਰੀ ਹੈ ਜੀ, ਸੈਕਸੋਫੋਨ ਹੈ, ਇਹ ਸਾਰੇ ਸਾਜ਼ ਗੁਰਸਿੱਖੀ ਮਹਾਰਾਜ ਕਿਰਪਾ ਨਾਲ ਵਜਾ ਲੈਂਦੇ ਜੀ, ਔਰ ਇਹਨਾਂ ਸਾਰੇ ਸਾਜ਼ਾਂ ਨਾਲ ਕੀਰਤਨ ਕਰ ਲੈਂਦੇ ਜੀ 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 ਜੀ। ਕਿਆ ਬਾਤ ਹੈ, ਇਹ ਕਿਉਂਕਿ ਤੁਸੀਂ ਜਿਹੜੇ ਸਾਜ਼ਾਂ ਦਾ ਨਾਮ ਲੈ, ਮੇਰੇ ਲਈ ਤਾਂ ਨਾਮ ਹੀ ਯਾਨੀ ਕਿ ਜਿਹੜੇ ਇੱਕ ਤਰ੍ਹਾਂ ਦੇ ਉਨੇ ਜਾਣਨੇ ਮੁਸ਼ਕਿਲ, ਜਿੰਨੇ ਤੁਸੀਂ ਨਾਮ ਲੈ ਅਤੇ ਤੁਸੀਂ ਵਜਾਉਂਦੇ ਹੋ, ਔਰ ਸਾਜ਼ਾਂ ਦੇ ਵਿੱਚੋਂ ਜਿੰਨੇ ਕੁ ਮੈਂ ਜਾਣਦਾ ਸਾਰੇ ਤੋਂ ਛੋਟਾ ਸਾਜ਼ ਜਿਹੜਾ ਬੰਸਰੀ ਹੈ, ਇੱਕ ਤਰ੍ਹਾਂ ਚੱਕਣਾ ਕੈਰੀ ਕਰਨਾ ਸੌਖਾ, ਔਰ ਇਸੇ ਕਰਕੇ ਆਮ ਕਹਿ ਦਿੰਦੇ ਹੁੰਦੇ ਸੀ ਵੀ ਇਹ ਜੇ ਕੋਈ ਨਾ ਵਗ ਲੈ ਕੇ ਵੀ ਚੱਲਿਆ ਆ ਅਤੇ ਉਹ ਵੀ ਨਾਲ ਬੰਸਰੀ ਲੈ ਜਾਂਦਾ ਹੁੰਦਾ ਸੀਗਾ, ਉੱਥੇ ਵਜਾਉਣੀ ਹੈਗੀ ਅਤੇ ਤੁਸੀਂ ਵੀ ਬੰਸਰੀ ਪਈ ਤੁਹਾਡੇ ਬਿਲਕੁਲ ਸਾਹਮਣੇ ਜੀ, ਅਤੇ ਬੰਸਰੀ ਦੇ ਵਿੱਚੋਂ ਕੋਈ ਗੁਰਬਾਣੀ ਸ਼ਬਦ ਦੀ ਜੀ ਧੁਨ ਜ਼ਰੂਰ ਸਾਂਝੀ ਕਰੋ ਬੰਸਰੀ ਦੇ ਰਾਹੀਂ, ਤਾਂ ਕਿ ਤੁਹਾਡੀ ਕਲਾ ਦੇਖੀ ਅਸੀਂ। ਮੈਂ ਜ਼ਰੂਰ ਆਪ ਜੀ ਦੇ ਸਾਹਮਣੇ ਪੇਸ਼ ਕਰਦਾ, ਕਿਉਂਕਿ ਮਹਾਰਾਜ ਦੇ ਦਿਹਾੜੇ ਚੱਲ ਰਹੇ ਨੇ, ਖਿਆਲ ਪਾਸ ਸਹੀ ਦੱਸ ਮਿੱਤਰ ਪਿਆਰੇ ਨੂੰ ਬਿਲਕੁਲ ਉਹ ਦਿਨ ਹੀ ਚੱਲ ਰਿਹਾ, ਆਨੰਦਪੁਰ ਤੋਂ ਵਿਛੋੜੇ ਦੇ ਦਿਨ ਨੇ, ਚਮਕੌਰ ਦੀਆਂ ਸ਼ਹਾਦਤਾਂ ਦੇ ਦਿਨ ਨੇ, ਔਰ ਬਿਲਕੁਲ ਮਾਛੀ ਵਾੜੇ ਸਤਿਗੁਰੂ ਨੇ ਬੈਠ ਕੇ ਜੀ ਤੁਹਾਨੂੰ ਵਜਾਈ ਸੀ, ਕੋਈ ਸ਼ਬਦ ਖਿਆਲ ਪਾਸ਼ੀ ਦੱਸਵੇ। ਹਾਂਜੀ ਜੀ ਜੀ, ਉਸ ਤੋਂ ਪਹਿਲਾਂ ਇੱਕ ਪਹਾੜੀ ਧੁਨ, ਉਸ ਦੇ ਬਾਅਦ ਮੈਂ ਸ਼ਬਦ ਦੀ ਸ਼ੁਰੂਆਤ ਕਰਾਂਗਾ। ਪਹਾੜੀ ਧੁਨ ਪਹਿਲਾਂ ਵਜਾਉਣ ਲੱਗੇ ਹੋ ਜੀ, ਸੁਣਾਓ ਜੀ।
ਮਿੱਠੀ ਰਸਮਈ ਧੁਨ ਸੀ। ਹਿਰਦੇ ਤੋਂ ਤੁਹਾਡਾ ਧੰਨਵਾਦ। ਇਹਦੇ ਨਾਲ ਤਾਂ ਬਿਲਕੁਲ ਜੁੜਿਆ ਜਾ ਸਕਦਾ, ਧਿਆਨ 'ਚ ਜੁੜਿਆ ਜਾ ਸਕਦਾ ਜੀ ਜਦੋਂ ਇਹੋ ਜਿਹੀ ਧੁਨ ਹੋਵੇ। ਔਰ ਇੱਥੇ ਮੈਂ ਬੇਸ਼ੱਕ ਆਪਣੇ ਦਰਸ਼ਕਾਂ ਨਾਲ ਸੰਗਤਾਂ ਨਾਲ ਗੱਲ ਸਾਂਝੀ ਕਰ ਲਵਾਂ ਕਿ ਹੈ ਤਾਂ ਬੰਸਰੀ ਬਾਂਸ ਦਾ ਹੀ ਇੱਕ ਟੋਟਾ, ਪਰ ਜਦੋਂ ਉਹਦੇ ਅੰਦਰ ਕੋਈ ਛੇਕ ਪਾ ਦਿੱਤੇ ਜਾਂਦੀ, ਜਦੋਂ ਉਹਨੂੰ ਸੋਧ ਦਿੱਤਾ ਜਾਂਦਾ, ਉਦੋਂ ਉਹਦੇ ਵਿੱਚੋਂ ਸੰਗੀਤ ਪੈਦਾ ਹੁੰਦਾ। ਆਮ ਤੌਰ 'ਤੇ ਬਾਂਸ ਨੂੰ ਇੰਨੀ ਕੁਮਾਰੀ ਲੱਕੜ ਗਿਣਿਆ ਜਾਂਦਾ, ਸਾਡੇ ਜਿਹੜੇ ਪੁਰਾਤਨ ਰਿਸ਼ਾ ਮੁੰਨੀਆਂ ਦੀ ਜਿਹੜੀ ਪਿਛਲੀ ਖੋਜ ਸੀਗੀ, ਜਿਹੜੀ ਸਾਡੀ ਭਾਰਤੀ ਸੱਭਿਅਤਾ ਦੀ, ਬਾਂਸ ਨੂੰ ਕਦੀ ਚਿਤਾ 'ਚ ਵੀ ਨਹੀਂ ਜਾਲਿਆ ਜਾਂਦਾ। ਕਹਿੰਦੇ ਇਹਦੀ ਲੱਕੜੀ ਜਲਣੀ ਵੀ ਨੁਕਸਾਨਦਾਇਕ ਹੈ। ਵਾਹਿਗੁਰੂ। ਚਿਤਾ 'ਚ ਵੀ ਕਦੀ ਬਾਂਸ ਦੀ ਲੱਕੜ ਨਹੀਂ ਪਾਈ ਜਾਂਦੀ, ਹੋਰ ਸਾਰਿਆਂ ਦੀ ਲੱਕੜ ਪਾਈ ਜਾਂਦੀ ਆ। ਅਤੇ ਇਹਨੂੰ ਬਾਂਸ ਨੂੰ ਨਖਿੱਧ ਲੱਕੜੀ ਦੇ ਤੌਰ 'ਤੇ ਜਾਣਿਆ ਜਾਂਦਾ। ਗੁਰਬਾਣੀ 'ਚ ਵੀ ਜ਼ਿਕਰ ਆਇਆ ਕਿ ਬਾਂਸ ਹੀ ਇੱਕ ਇਹੋ ਜਿਹਾ ਦਰਖਤ ਹੈ ਜਿਹੜਾ ਚੰਦਨ ਦੇ ਨੇੜੇ ਹੋਣ ਦੇ ਬਾਵਜੂਦ ਵੀ ਸੁਗੰਧੀ ਨਹੀਂ ਆਉਂਦੀ ਇਹਦੇ 'ਚੋਂ। ਬਾਕੀ ਸਾਰੇ ਦਰਖਤ ਜਿਹੜੇ ਸੁਗੰਧੀ ਲੈ ਲੈਂਦੇ, ਬਾਂਸ ਨਹੀਂ ਲੈਂਦਾ। ਬਾਂਸ ਵਰਗਾ ਨਾ ਮਨੁੱਖ ਹੈ, ਮਨੁੱਖ ਤੋਂ ਬਣਦੇ ਹੀ ਇਹ ਜਿਹੜਾ ਇਸ ਕਿਤੇ ਗੁਰਮੁਖਾਂ ਦੀ ਸੰਗਤ 'ਚ ਬੈਠ ਕੇ ਵੀ ਗੁਰਮੁਖਤਾਈ ਨਾਲ ਨਾ ਭੇਜ ਨਾ ਸਕੇ, ਬਾਂਸ ਵਰਗਾ ਨਾ ਬਣੀ। ਪਰ ਜਦੋਂ ਬਾਂਸ ਦੇ ਕੋਈ ਟੋਟਾ ਲੈ ਕੇ ਸੋਧ ਲਿਆ ਜਾਂਦਾ, ਉਹਦੇ 'ਚ ਬੋਲੀਆਂ ਪਾ ਲਈਆਂ ਜਾਂਦੀਆਂ, ਉਹਦੀ ਸਾਧਨਾ ਕਰਾ ਲਈ ਜਾਂਦੀ ਹੈ, ਅਤੇ ਫਿਰ ਉਹ 'ਚੋਂ ਸੰਗੀਤ ਪੈਦਾ ਹੁੰਦਾ। ਅਤੇ ਫਿਰ ਸਭ ਤੋਂ ਸਸਤਾ ਸਾਜ਼ ਵੀ ਪਰ ਪੈਗੰਬਰੀ ਸਾਜ਼ ਵੀ ਆ ਜੀ ਜੀ। ਕ੍ਰਿਸ਼ਨ ਦਾ ਸਾਜ਼ ਬੰਸਰੀ ਸੀ। ਇੱਕ ਹੋਰ ਸੰਦੇਸ਼ ਬਾਂਸਰੀ ਦਿੰਦੀ ਹੈ ਹਾਂਜੀ ਭਾਈ ਸਾਹਿਬ, ਕਿ ਇਹਦਾ ਸੰਦੇਸ਼ ਇਹ ਵੇ ਕਿ ਜੀਵਨ ਵਿੱਚ ਤੁਹਾਡੇ ਕਿੰਨੇ ਵੀ ਛੇਕ ਨੇ, ਕਿੰਨੇ ਵੀ ਦੁੱਖ ਨੇ, ਕਿੰਨੇ ਵੀ ਦਰਦ ਨੇ, ਜਦੋਂ ਵੀ ਤੁਸੀਂ ਦੁਨੀਆਂ ਨੂੰ ਦਿਓ ਤਾਂ ਸੁੱਖ ਦਿਓ, ਸ਼ਾਂਤੀ ਬਿਲਕੁਲ ਮਿਠਾਸ ਦਿਓ, ਮਿਠਾਸ ਦਿਓ। ਔਰ ਇਹਨੂੰ ਗੁਰਬਾਣੀ ਵਿੱਚ ਵੀ ਪ੍ਰਵਾਨ ਕੀਤਾ ਹੈ ਹਾਂਜੀ। ਸ਼ਬਦ ਮਹਾਰਾਜ ਨੇ ਉਚਾਰਿਆ ਜੀ, ਧਨ ਧਨ ਉਹ ਰਾਮ ਬੇਨ ਵਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ। ਸ਼ਬਦ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਇਹ ਸ਼ਬਦ ਅਸੀਂ ਵੀ ਪੜ੍ਹਦੇ ਹਾਂ ਹਾਂਜੀ ਹਾਂਜੀ। ਅਤੇ ਇਹ ਬਾਂਸਰੀ ਦਾ ਇਹ ਸੰਦੇਸ਼ ਪੂਰੇ ਦੁਨੀਆਂ ਵਿੱਚ ਜਾਣਾ ਚਾਹੀਦਾ ਕਿ ਬੇਸ਼ੱਕ ਤੁਹਾਡੇ ਕੋਲ ਕਿੰਨੇ ਵੀ ਦਰਦ ਨੇ, ਕਿੰਨੇ ਵੀ ਦੁੱਖ ਨੇ, ਜੀਵਨ ਵਿੱਚ ਕਿੰਨੇ ਹੀ ਛੇਕ ਨੇ, ਲੇਕਿਨ ਜਦੋਂ ਤੁਸੀਂ ਇਹਨੂੰ ਦਿਓ ਕਿਸੇ ਨੂੰ ਕੁਛ ਅਤੇ ਖੁਸ਼ੀ ਦਿਓ ਔਰ ਦੂਸਰਿਆਂ ਨੂੰ ਬਿਲਕੁਲ ਬਿਲਕੁਲ। ਵੈਸੇ ਜਾਣੀ ਕਿ ਜਿਹੜੀ ਗੱਲ ਭਾਈ ਸਾਹਿਬ ਕਹਿ ਰਿਹਾ, ਰਿੰਡ ਅਤੇ ਬਾਂਸ ਦੋ ਆ ਜਿਹਨਾਂ ਦਰੱਖਤਾਂ ਨੂੰ ਮਾੜੇ ਦਰੱਖਤ ਗਿਣਿਆ ਗਿਆ ਬਨਸਪਤੀ ਦੇ ਵਿੱਚੋਂ, ਪਰ ਜਦੋਂ ਇਹਨਾਂ ਨਾਲ ਸਾਧਨਾ ਹੋ ਜਾਂਦੀ ਹੈ, ਜਦੋਂ ਸਾਧਨਾ ਜੁੜ ਜਾਂਦੀ ਹੈ ਨਾਲ, ਇੱਕ ਤਰ੍ਹਾਂ ਕਹੋ ਜਸ ਜੁੜ ਜਾਂਦਾ, ਮਿਠਾਸ ਜੁੜ ਗਈ ਹੈ ਇਹਦੇ ਨਾਲ, ਕਿਤੇ ਜਿਹੜੀ ਗੁਰੂ ਦੀ ਉਸਤਤੀ ਜੁੜ ਗਈ ਹੈ, ਅਤੇ ਫਿਰ ਉਹੀ ਬੰਤਰੀ ਬੰਸਰੀ ਸਤਿਕਾਰ ਯੋਗ ਹੋ ਗਈ। ਇਹਦਾ ਮਤਲਬ ਨੀਵਿਆਂ ਨੂੰ ਉੱਚੇ ਕਰ ਸਕਦਾ ਪਰਮਾਤਮਾ ਦਾ ਨਾਂ, ਨੀਚੋਂ ਉੱਚ ਕਰੇ ਮੇਰਾ ਗੋਬਿੰਦ ਵਾਲੀ ਜਿਹੜੀ ਗੱਲ ਹੈ ਉਹ ਇੱਥੋਂ ਇਹ ਵੀ ਸੇਧ ਲੈਣੀ। ਚਲੋ ਆਪਾਂ ਬੰਸਰੀ 'ਤੇ ਹੀ ਕਿਤੇ ਫਲਸਫੀ ਤਾਂ ਸਾਰੀ ਕਰ ਲਈਏ, ਇਹ ਤੁਹਾਡੇ ਵੱਲੇ ਆਵਾਂ। ਤੁਸੀਂ ਇੰਨੇ ਸਾਜ਼ਸ਼ਕੀ ਇੰਨੀ ਕੀਰਤਨ ਦੀ ਸਾਧਨਾ ਕੀਤੀ, ਤੁਹਾਡੀਆਂ ਪ੍ਰਾਪਤੀਆਂ ਇਹਦੇ 'ਚ ਕੋਈ ਖਾਸ ਇਹਨਾਂ ਦਿਨਾਂ 'ਚ ਕੋਈ ਪ੍ਰਾਪਤੀਆਂ ਕੀਤੀਆਂ? ਜਦੋਂ ਮੈਂ ਸੰਗੀਤ ਨਾਲ ਜੁੜਿਆ ਅਤੇ ਜਦੋਂ ਕੀਰਤੀ ਬਿਰਤੀ ਦਾ ਸਮਾਂ ਆਇਆ ਹਾਂਜੀ, ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਿਹੜੇ ਚੱਲ ਰਹੇ ਨੇ 12-13 ਸਕੂਲ ਨੇ ਸਾਡੇ ਜੀ, ਉਹਦੇ ਵਿੱਚ ਅਲੱਗ ਅਲੱਗ ਬ੍ਰਾਂਚਿਸ ਨੇ ਅਤੇ ਦਾਸ ਨੂੰ GK1 ਜਿਹੜੀ ਬ੍ਰਾਂਚ ਹੈ ਸਾਡੀ ਹੇਮਕੁੰਟ ਕੋਲਨੀ, ਉਹਦੇ ਵਿੱਚ ਦਾਸ ਨੂੰ ਸੰਗੀਤ ਵਿਭਾਗ ਦਾ ਜਿਹੜਾ ਸੀ ਉਹ ਜ਼ਿੰਮਾ ਦਿੱਤਾ ਗਿਆ, ਬੱਚਿਆਂ ਨੂੰ ਹੈੱਡ ਆਫ ਦਾ ਡਿਪਾਰਟਮੈਂਟ ਜੀ, ਬੱਚਿਆਂ ਨੂੰ ਕੀਰਤਨ ਸਿਖਾਉਣ ਦਾ। ਅਤੇ ਉੱਥੇ ਹੋਰ ਵੀ ਕਈ ਸੂਝਵਾਨ ਮੇਰੇ ਨਾਲ ਸਾਥੀ ਨੇ, ਅਤੇ ਦਾਸ ਨੂੰ ਇਸ ਤਰ੍ਹਾਂ ਅੱਛੇ ਸਾਥ ਮਿਲਣ ਕਰਕੇ ਅਤੇ ਮਹਾਰਾਜ ਦੀ ਕਿਰਪਾ ਨਾਲ ਇਹ ਜਿਹੜਾ ਸਫ਼ਰ ਹੈ ਇਹ ਬਹੁਤ ਸਤਿਗੁਰਾਂ ਨੇ ਚੜ੍ਹਦੀਆਂ ਕਲਾਂ ਬਖਸ਼ੀਆਂ, ਇਹ ਚੱਲ ਰਿਹਾ ਹੈ। ਅਤੇ ਸਤਿਗੁਰਾਂ ਦੀ ਕਿਰਪਾ ਨਾਲ ਦਾਸ ਨੂੰ 5 ਤਖਤਾਂ 'ਤੇ ਵੀ ਕੀਰਤਨ ਕਰਨ ਦਾ ਸੁਅਵਸਰ ਪ੍ਰਾਪਤ ਹੋਇਆ। ਸਭ ਤੋਂ ਵੱਡੀ ਮੈਂ ਸਮਝਦਾ ਮੇਰੇ ਜੀਵਨ ਦੀ ਸਭ ਤੋਂ ਵੱਡੀ ਇੱਕ ਮੀਲ ਦਾ ਪੱਥਰ ਜਿਹਨੂੰ ਕਹਿ ਸਕਦੇ ਹੋ ਤੁਸੀਂ, 5 ਤਖਤਾਂ 'ਤੇ ਦਾਸ ਦੀ ਹਾਜ਼ਰੀ ਹੈ। ਅਤੇ ਉਸ ਤੋਂ ਬਾਅਦ ਉਸ ਤੋਂ ਵੀ ਉੱਤੇ ਮਹਾਰਾਜ ਦੀ ਕਿਰਪਾ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਹਰਿਮੰਦਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਵਿਖੇ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਨਿੱਘੀ ਗੋਤ 'ਚ ਬਹਿ ਕੇ ਦਾਸ ਨੇ ਕੀਰਤਨ ਵੀ ਕੀਤਾ, ਉੱਥੇ ਵੀ ਹਾਜ਼ਰੀ ਦਾਸ ਦੀ ਲੱਗੀ ਹੈ। ਇਹ ਸਤਿਗੁਰ ਦੀਆਂ ਬਖਸ਼ੀਆਂ ਕਹਿਣਾ ਚਾਹੀਦਾ, ਕਿਉਂਕਿ ਤੁਸੀਂ ਹੈੱਡ ਆਫ ਡਿਪਾਰਟਮੈਂਟ ਹੋ ਗੁਰੂ ਹਰਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਦਿੱਲੀ ਹੇਮਕੁੰਟ ਕਲੋਨੀ ਗ੍ਰੇਟਰ ਕਲਾਸ ਕਲੋਨੀ, ਔਰ ਹੈੱਡ ਆਫ ਡਿਪਾਰਟਮੈਂਟ ਬਣਨ ਲਈ ਮਿਊਜ਼ਿਕ ਤਾਂ ਚਾਹੀਦਾ ਹੀ ਹੈ, ਚਲੋ ਕੀਰਤਨ ਵੀ ਚਾਹੀਦਾ, ਪਰ ਉਹਦੇ ਲਈ ਨਾਲ ਜਿਹੜੀ ਦੁਨਿਆਵੀ ਵਿੱਦਿਆ ਵੀ ਚਾਹੀਦੀ ਹੁੰਦੀ ਆ। ਇਹ ਮਿਊਜ਼ਿਕ ਦੇ ਖੇਤਰ 'ਚ ਤੁਹਾਡੇ ਕੋਲ ਕਿੰਨੀ ਵਿੱਦਿਆ ਹੈ? ਜੀ, ਮੈਂ ਮਿਊਜ਼ਿਕ ਵਿੱਚ MA ਵੋਕਲ ਕੀਤਾ ਹੈ ਜੀ, ਔਰ MA ਹੀ ਮੇਰੇ ਕੋਲ ਇੰਸਟਰੂਮੈਂਟਲ ਹੈ ਤਬਲਾ ਜੀ, ਅਤੇ ਉਹਦੇ ਨਾਲ ਨਾਲ ਮੇਰੀ ਹੋਰ ਪੜ੍ਹਾਈ ਵੀ MA ਦੀ ਹੋਈ ਹੈ। ਅਤੇ ਸਾਰਾ ਕਰਕੇ ਜਿਸ ਤਰ੍ਹਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਹ ਪ੍ਰਾਪਤੀਆਂ ਨੇ ਮੇਰੀਆਂ, ਅਤੇ ਸੇਵਾ ਸੰਗਤ ਦੀ।
आप तुसीं बचपन तो लैके गुरबाणी के कीर्तन नाल जुड़े हो और उहदे च तुहाडे जीवन दे विच इक बहुत वड्डा बदलाव भी आया जी, कह लो जीवन बनया उहदे नाल जी। 6 साल की उम्र तो लैके तुसीं जदों लग गए हैगे गां, क्योंकि बचपन च आप तुसीं लगे सी गां, बच्चिआं नूं हुण कीर्तन नाल जोड़न लई की कुछ कर रहा है, कोई मन च है? जी जी, मैं अपने जिस ते मैं दस्सिआ है कि मैं अपने घर विच ही एक पूरा जिहड़ा फ्लोर है ਉਹ ਇੱਕ ਇੰਸਟੀਚਿਊਟ ਬਣਾਇਆ ਹੈ ਜਿਹਦੇ ਵਿੱਚ ਦੂਰ ਦਰੇਡੋਂ ਬੱਚੇ ਆ ਕੇ ਕੀਰਤਨ ਸਿੱਖਦੇ ਨੇ, ਵੋਕਲ ਐਜ਼ ਵੈਲ ਐਜ਼ ਇੰਸਟਰੂਮੈਂਟਲ ਦੋਨੋਂ ਚੀਜ਼ਾਂ। ਤਬਲੇ ਦੀ ਵੀ ਸਿੱਖਿਆ ਉੱਥੇ ਦਿੱਤੀ ਜਾਂਦੀ ਹੈ ਅਤੇ ਕਲਾਸੀਕਲ ਵੋਕਲ ਗਾਇਕੀ ਵੀ ਸਿਖਾਈ ਜਾਂਦੀ ਹੈ, ਕੀਰਤਨ ਨਾਲ ਜੁੜੇ ਜਾਂਦੇ ਬੱਚਿਆਂ ਨੂੰ। ਇਹੀ ਇੱਕ ਜੀਵਨ ਦਾ ਟੀਚਾ ਇੱਕ ਰੱਖਿਆ ਹੈ ਕਿ ਜਦੋਂ ਤੱਕ ਗੁਰੂ ਸਾਹਿਬ ਨੇ ਇਹ ਸਵਾਸ ਬਖਸ਼ਿਸ਼ ਕੀਤੇ ਨੇ, ਇਹ ਸਵਾਸ ਮਹਾਰਾਜ ਦੀ ਬਾਣੀ ਆਉਂਦੀ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ। ਕੀ ਬਾਤ ਹੈ, ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ, ਦਿੱਲੀ ਦੇਸ਼ ਦੀ ਰਾਜਧਾਨੀ ਆ ਜੀ, ਅਤੇ ਉੱਥੋਂ ਸਾਰੀ ਗੱਲ ਆਲੇ ਦੁਆਲੇ ਸਾਰੀ ਫੈਲਦੀ ਆ, ਔਰ ਦਿੱਲੀ 'ਚ ਬੈਠੇ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਜਿਹੜਾ ਆ ਉਹਦੇ ਤੁਸੀਂ ਹੈੱਡ ਆਫ ਡਿਪਾਰਟਮੈਂਟ ਵੀ ਆ ਮਿਊਜ਼ਿਕ ਦੇ, ਕੀਰਤਨ ਦੇ ਨਾਲ ਜੁੜੇ ਹੋਏ, ਨਿਸ਼ਕਾਮ ਸੇਵਾ ਨਾਲ ਜੁੜੇ, ਪਰਪਕਾਰ ਨਾਲ ਜੁੜੇ ਹੋਏ ਆ, ਕੋਈ ਖਾਸ ਯਾਦਗਾਰੀ ਗੱਲ ਜੀ ਆਪਣੇ ਜ਼ਰੂਰ? ਹਾਂ, ਮੈਂ ਇਸ ਗੱਲ ਨੂੰ ਬੜਾ ਮਾਣ ਨਾਲ ਕਹਿ ਸਕਦਾ ਹਾਂ ਕਿ ਕੀਰਤਨ ਜਦੋਂ ਮੈਂ ਜੁੜਿਆ ਹਾਂ ਤਾਂ ਮੇਰੇ ਨਾਲ ਕਈ ਇਹੋ ਜਿਹੀ ਉੱਘੀ ਸ਼ਖਸੀਅਤਾਂ ਵੀ ਜੁੜੀਆਂ ਕੀਰਤਨ ਦੇ ਨਾਲ। ਮੇਰਾ ਜਿਹੜਾ ਸਾਬਕਾ ਰਾਬਕਾ ਪਿਆ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸ਼੍ਰੀ ਮਨਮੋਹਨ ਸਿੰਘ ਜੀ, ਡਾਕਟਰ ਮਨਮੋਹਨ ਸਿੰਘ ਜੀ ਸਰਦਾਰ ਸਾਹਿਬ, ਉਹਨਾਂ ਦੇ ਘਰੋਂ ਬੀਬੀ ਗੁਰਸ਼ਰਨ ਕੌਰ ਜੀ ਹੈ ਜੀ, ਔਰ ਸਰਦਾਰ ਮੋਨਟੇਕ ਸਿੰਘ ਜੀ ਆਲੂਵਾਲੀਆ ਜਿਹੜੇ ਯੋਜਨਾ ਆਯੋਗ ਦੇ ਅਧਿਆਕਸ਼ ਸੀ, ਉਪਾਧਿਆਕਸ਼, ਅਤੇ ਉਹਨਾਂ ਦੇ ਘਰੋਂ ਬੀਬੀ ਈਸ਼ਰ ਜੀ ਆਲੂਵਾਲੀਆ, ਇਹਨਾਂ ਨਾਲ ਅਰਦਾਸ ਦੀ ਸਾਂਝ ਪਈ। ਇਹ ਵੀ ਗੁਰੂ ਦੇ ਕੀਰਤਨ ਦੇ ਰਸੀਏ ਨੇ, ਠੀਕ, ਇਹ ਵੀ ਆਪ ਕੀਰਤਨ ਕਰਦੇ ਨੇ, ਅਤੇ 20-22 ਸਾਲਾਂ ਤੋਂ ਇਹਨਾਂ ਨਾਲ ਮੇਰਾ ਸੰਪਰਕ ਹੈ। ਹਾਂਜੀ, ਅਤੇ ਅਸੀਂ ਹਰ ਵੀਰਵਾਰ ਨੂੰ ਬੈਠ ਕੇ ਕੀਰਤਨ ਦੀਆਂ ਮਹਾਰਾਜ ਸਾਹਿਬਰਾਂ ਲਾਉਂਦੇ ਨੇ, ਅਸੀਂ ਬੈਠ ਕੇ ਗੁਰੂ ਦੇ ਨਾਮ ਦੀਆਂ ਗੱਲਾਂ ਕਰਦੇ ਨੇ, ਹਰ ਨਾਮੇ ਨਾਲ ਗੱਲਾਂ, ਹਰ ਨਾਮੇ ਨਾਲ ਮਸਲਤ, ਅਤੇ ਉਹ ਉੱਥੇ ਗੁਰੂ ਦੇ ਨਾਮ ਦੀਆਂ ਗੱਲਾਂ ਆਪਾਂ ਕਰਦੇ ਹਾਂ ਬੈਠ ਕੇ ਕੀਰਤਨ ਕਰਦੇ ਹਾਂ। ਐਵਰੀ ਥਰਸਡੇ ਐਵਰੀ ਥਰਸਡੇ ਜਦੋਂ ਪ੍ਰਾਈਮ ਮਿਨਿਸਟਰ ਸੀ ਉਦੋਂ ਵੀ ਕਰਦੇ ਸੀ ਤੇ ਹੁਣ ਵੀ? ਜੀ ਹਾਂ, ਪੂਰੇ 10 ਸਾਲ ਮੈਂ ਜਾਂਦਾ ਰਿਹਾ ਇਹਨਾਂ ਦੇ ਘਰ, 7 ਰੇਸ ਕੋਰਸ ਰੋਡ ਐਵਰੀ ਥਰਸਡੇ, ਅਤੇ ਜਿਵੇਂ ਵੀ ਰੁਝੇਵਾ, ਕਈ ਵਾਰ ਨਹੀਂ ਵੀ ਹੁੰਦਾ ਬਟ ਰੈਗੂਲਰਲੀ ਅਸੀਂ ਇਹ ਕੰਮ ਕਰਦੇ ਸੀ। ਹੁਣ ਵੀ ਮਹਾਰਾਜ ਦੀ ਕਿਰਪਾ ਨਾਲ ਇਹ ਸਾਂਝ ਪਈ ਹੈ ਅਤੇ ਸਤਿਗੁਰਾਂ ਦੀ ਕਿਰਪਾ ਨਾਲ ਇਸ ਤਰ੍ਹਾਂ ਚੱਲ ਰਿਹਾ। ਡਾਕਟਰ ਮਨਮੋਹਨ ਸਿੰਘ ਬਾਰੇ ਮੈਂ ਸੁਣਿਆ, ਮੈਂ ਜਾਣਦਾ ਨਹੀਂ, ਮੈਂ ਸੁਣਿਆ ਹੀ ਹਾਂ ਤੁਹਾਡੇ ਕੋਲ, ਅੱਜ ਪੁਸ਼ਟੀ ਕਰ ਲੈਂਦੀ ਕਿ ਜਦੋਂ ਕਿਤੇ ਸਫ਼ਰ ਕਰਦੇ ਕਾਰ ਦੇ ਵਿੱਚ ਹੁੰਦੇ ਅਤੇ ਉਹਨਾਂ ਦੀ ਕਾਰ ਦੀ ਕੈਸਟ 'ਚ ਗੁਰਬਾਣੀ ਦਾ ਕੀਰਤਨ ਨਹੀਂ ਵੱਜਦਾ ਹੁੰਦਾ ਅਤੇ ਉਹ ਆਪਣੇ ਮਨਪਸੰਦ ਸ਼ਬਦ ਉਦੋਂ ਜਿਹੜੇ ਉਹਨਾਂ ਨੂੰ ਰੂਹ ਨੂੰ ਜ਼ਿਆਦਾ ਡੁੰਬਦੇ ਹੋਏ ਸੁਣਦੇ ਆ, ਇਹ ਗੱਲ ਸੱਚ ਹੈ? ਜੀ ਬਿਲਕੁਲ ਬਿਲਕੁਲ, ਉਹ ਕੀਰਤਨ ਦੇ ਰਸੀਏ ਨੇ, ਬੜਾ ਉਹਨਾਂ ਨੂੰ ਅੱਛਾ ਲੱਗਦਾ ਕੀਰਤਨ ਸੁਣਨਾ। ਉਹਨਾਂ ਦੇ ਪਰਿਵਾਰ ਵੀ, ਬੀਬੀ ਗੁਰਸ਼ਰਨ ਕੌਰ ਵੀ, ਬੀਬੀ ਗੁਰਸ਼ਰਨ ਕੌਰ ਜੀ ਆਪ ਬਹੁਤ ਅੱਛੇ ਕੀਰਤਨ ਕਰਦੇ ਨੇ, ਆਪ ਵੀ ਕੀਰਤਨ ਕਰਦੇ ਜੀ, ਬਹੁਤ ਅੱਛਾ ਕੀਰਤਨ ਕਰਦੇ, ਅਤੇ ਮਨਟੇਕ ਸਿੰਘ ਬੜੇ ਸੁਰੀਲੇ, ਹਾਂਜੀ ਉਹ ਵੀ ਕੀਰਤਨ ਕਰਦੇ ਨੇ ਨਾਲ, ਸਾਡੇ ਤਿੰਨੋਂ ਦਾ ਗਰੁੱਪ ਹੈ, ਅਸੀਂ ਤਿੰਨੋਂ ਬਹਿ ਕੇ ਹਰ ਵੀਰਵਾਰ ਮਨਟੇਕ ਸਿੰਘ ਵਾਲੀ ਦੀ ਜਿਹੜੀ ਜੀ 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 ਈਸ਼ਰ ਆਲੂ ਹੈ ਜੀ, ਈਸ਼ਰ ਆਲੂ ਹੈ, ਕਿਆ ਸਤਿਗੁਰ ਦੀਆਂ ਬਖਸ਼ਿਸ਼ਾਂ, ਸਤਿਗੁਰ ਦੀਆਂ ਰਹਿਮਤਾਂ, ਗੁਰਬਾਣੀ ਨਾਲ ਜੁੜਨ ਦੀਆਂ ਹੀ ਕਈ ਵਾਰੀ ਤੁਹਾਡੀਆਂ ਬਹੁਤ ਸਾਰੀਆਂ ਇਹ ਪ੍ਰਾਪਤੀਆਂ ਹੁੰਦੀਆਂ। ਜ਼ਿੰਦਗੀ ਦੀ ਹੋਰ ਕੋਈ ਯਾਦਗਾਰੀ ਗੱਲ ਜਿਹੜੀ ਰਹਿ ਗਈ ਸਾਂਝੀ ਕਰਨੀ ਕਰ ਲਓ? ਜੀ, ਮੈਂ ਯਾਦਗਾਰੀ ਗੱਲ ਇਹੀ ਹੈ ਕਿ ਮੈਂ ਚਾਹੁੰਦਾ ਕਿ ਸਾਡਾ ਸਾਰਾ ਸਿੱਖ ਜਗਤ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਪ੍ਰੇਮ ਦਾ ਮਾਰਗ ਦੱਸਿਆ ਜੀ, ਪ੍ਰੇਮ ਦੇ ਮਾਰਗ 'ਤੇ ਚੱਲਦੇ ਹੋਏ ਆ, ਸਾਰਿਆਂ ਨੂੰ ਆਪਣੇ ਗਲਵਕੜੀ ਵਿੱਚ ਲੈਣਾ। ਮਹਾਰਾਜ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਮੈਂ ਚਾਹੁੰਦਾ ਕਿ ਇਹ ਸਾਡੇ ਜਿੰਨੇ ਵੀ ਨੌਜਵਾਨ ਪੀੜ੍ਹੀ ਹੈ, ਕਿਸੇ ਕਾਰਨ ਅਗਰ ਉਹ ਆਪਣੇ ਗੁਰਸਿੱਖੀ ਤੋਂ ਜਿਹੜੇ ਰਾਹ ਤੋਂ ਅਗਰ ਭਟਕ ਗਏ ਨੇ ਜਾਂ ਦੂਰ ਹੋ ਗਏ ਨੇ, ਅਤੇ ਪ੍ਰੇਮ ਨਾਲ ਮਰਦ ਦੀ ਓਟ ਆਸਰਾ ਲੈਂਦੇ ਹੋਏ ਵਾਪਸ ਗੁਰਸਿੱਖੀ 'ਚ ਆਉਣ। ਮੈਂ ਇਸ ਜਗ੍ਹਾ 'ਤੇ ਜਿਹੜਾ ਇਹ ਸਾਡਾ ਵਿਚਾਰ ਵਿਮਰਸ਼ ਚੱਲ ਰਿਹਾ, ਇੰਟਰਵਿਊ ਚੱਲ ਰਿਹਾ, ਅਗਰ ਕੋਈ ਵੀ ਗੁਰਸਿੱਖ ਜਿਹੜਾ ਗੁਰਸਿੱਖੀ ਤੋਂ ਦੂਰ ਹੋ ਗਿਆ, ਅਗਰ ਮੇਰੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਗਰ ਵਾਪਸ ਗੁਰਸਿੱਖੀ ਵਿੱਚ ਆਉਂਦਾ ਹੈ, ਤਾਂ ਮੈਂ ਇੱਥੇ ਆਉਣਾ ਆਪਣੇ ਭਾਗ ਸਮਝਾਵਾਂਗਾ ਔਰ ਇਸ ਇੰਟਰਵਿਊ ਨੂੰ ਸਫਲ ਸਮਝਾਵਾਂਗਾ।
ਬਹੁਤ ਕਮਾਲ ਦੀ ਗੱਲ। ਸਰਬਜੀਤ ਸਿੰਘ ਜਾਲੂਵਾਲੀਆ ਸਾਹਿਬ, ਕਿਉਂਕਿ ਤੁਸੀਂ ਗੁਰੂ ਨਾਨਕ ਨਿਸ਼ਕਾਮ ਸੇਵਕ ਨਾਲ ਜਿਸ ਨਾਲ ਜੁੜੇ ਹੋ, ਅਤੇ ਜਿਹੜੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਜਿਹਨਾਂ ਨੂੰ ਅਕਾਲ ਤਖਤ ਵੱਲੋਂ ਭਾਈ ਸਾਹਿਬ ਦੀ ਉਪਾਧੀ ਮਿਲੀ ਹੈ, ਉਹ ਸਾਡੇ ਸੰਗਤ ਟੈਲੀਵਿਜ਼ਨ ਦੇ ਵੀ ਟਰੱਸਟ ਦੇ ਚੇਅਰਮੈਨ ਨੇ, ਔਰ ਤੁਸੀਂ ਬਹੁਤ ਲੰਬੇ ਟਾਈਮ ਤੋਂ ਸੰਗਤ ਟੈਲੀਵਿਜ਼ਨ ਨੂੰ ਜਾਣਦੇ ਹੋ, ਕਿਉਂਕਿ ਭਾਈ ਸਾਹਿਬ ਚੇਅਰਮੈਨ ਨੇ, ਤੁਸੀਂ ਉਹਨਾਂ ਦੇ ਬਹੁਤ ਨੇੜਤਾ ਦੇ ਤੌਰ 'ਤੇ ਜਾਣਦੇ ਹੋ। ਸੰਗਤ ਟੈਲੀਵਿਜ਼ਨ ਬਾਰੇ ਕੋਈ ਖਾਸ ਗੱਲ ਕਹਿਣਾ ਚਾਹੋਗੇ ਅਖੀਰ ਦੇ ਵਿੱਚ, ਬਹੁਤ ਬਰੀਫ ਦੇ ਵਿੱਚ, ਇੱਕ ਅੱਧੇ ਮਿੰਟ ਦੇ ਵਿੱਚ, ਜਾਂ ਵੀਰਜੀਤ ਸਿੰਘ ਦੇ ਬਾਰੇ ਵੀ ਕੋਈ ਗੱਲ ਕਹੋ ਤਾਂ ਕਹਿਣਾ ਚਾਹੋ ਤਾਂ ਕਹਿ ਸਕਦੇ ਹੋ। ਦੇਖੋ ਜੀ, ਗੱਲਾਂ ਦੋਨੇ ਹੈਗੀਆਂ। ਹਾਂਜੀ, ਸੰਗਤ ਟੈਲੀਵਿਜ਼ਨ ਇੱਕ ਬਹੁਤ ਹੀ ਅੱਛਾ ਉਪਰਾਲਾ ਲੈ ਕੇ ਸ਼ੁਰੂ ਹੋਇਆ ਸੀ, ਜਿਹੜਾ ਕਿ ਸੰਗਤ ਦੇ ਨਾਲ, ਸੰਗਤ ਦੇ ਲਈ ਹੀ ਬਣਿਆ ਸੀਗਾ। ਸੰਗਤ ਹੀ ਚਲਾ ਰਹੀ ਹੈ, ਸੰਗਤ ਹੀ ਕਰ ਰਹੀ ਹੈ। ਉਹ ਠੀਕ ਹੈ, ਕੁਝ ਬਿਜ਼ਨਸ ਮਾਡਲ ਦੇ ਵਿੱਚ ਕਈ ਵਾਰੀ ਕੁਝ, ਪਰ ਸਾਡਾ ਮੋਟੋ ਅਜੇ ਵੀ ਸਾਰਾ ਉਹ ਚੱਲ ਰਿਹਾ, ਮੋਟੋ ਉਹੀ ਰਿਹਾ ਹੈਗਾ, ਸਭ ਚੀਜ਼ਾਂ ਉਹੀ ਹੋ ਰਹੀ ਹੈ, ਔਰ ਵਾਹਿਗੁਰੂ ਕਿਰਪਾ ਕਰੇਗਾ, ਭਾਈ ਸਾਹਿਬ ਦੀ ਆਸ਼ੀਰਵਾਦ ਦੇ ਨਾਲ ਇਹ ਚੀਜ਼ ਬਹੁਤ ਹੀ ਅੱਗੇ ਜਾਏਗੀ, ਬਹੁਤ ਹੀ ਅੱਗੇ ਚੱਲਣੀ ਚਾਹੀਦੀ ਹੈ। ਹੁਣ ਬਿਰਜੀਤ ਸਿੰਘ ਜੀ ਜਦੋਂ ਇੰਗਲੈਂਡ ਆਏ ਹੈਗੇ ਨੇ, ਇਹਨਾਂ ਨੂੰ ਆਇਆ ਜੇ 3 ਦਿਨ ਹੋਏ ਨੇ, ਅਤੇ ਇਹਨਾਂ ਦਾ ਮੈਂ 1 ਮਿੰਟ ਵੀ ਖਾਲੀ ਨਹੀਂ ਛੱਡਣਾ ਚਾਹੁੰਦਾ, ਇਹਨਾਂ ਦਾ ਸਾਥ ਮੈਂ ਨਹੀਂ ਛੱਡਣਾ ਚਾਹੁੰਦਾ। ਅਤੇ ਸਾਡੇ ਪਰਿਵਾਰ ਦੇ ਵਿੱਚ ਮੇਰੀ ਦੋਹਤੀ ਹੈਗੀ ਜਿਹੜੀ ਕਿ ਸਿਰਫ 5 ਸਾਲ ਦੀ ਇਸ ਲਈ ਹੈਗੀ ਹੈ, ਅਤੇ ਵਿਸ਼ਵਾਸ ਕਰਿਓ ਪਿਛਲੇ 3 ਦਿਨਾਂ ਦੇ ਵਿੱਚ ਉਹਨੇ ਪੂਰਾ ਇੱਕ ਸ਼ਬਦ ਸਿੱਖ ਲਿਆ ਹਾਰਮੋਨੀਅਮ 'ਤੇ, ਪੂਰਾ ਸ਼ਬਦ ਹੁਣ ਪੜ੍ਹ ਲੈਂਦੀ ਹੈਗੀ ਹੈ, ਅਤੇ ਰੋਜ਼ ਉਹਦੀ ਦੋਨੋਂ ਟਾਈਮ ਕਲਾਸ ਲੱਗ ਰਹੀ ਹੈ। 5ਵੀਂ ਕਲਾਸ ਦੀ ਬੱਚੀ ਹੈਗੀ ਹੈ, ਅਤੇ ਵਾਚਾ ਉਹਨੇ ਪਹਿਲੀ ਵਾਰੀ ਦੇਖਿਆ ਹੈਗਾ, ਕਿਉਂਕਿ ਇਹ ਇੰਨੇ ਮਾਹਿਰ ਨੇ ਬੱਚਿਆਂ ਨੂੰ ਸਿਖਾਉਣ ਦੇ ਵਿੱਚ, ਬੱਚਿਆਂ ਨੂੰ ਇਸ ਤਰ੍ਹਾਂ ਨਾਲ ਜੋੜ ਲੈਂਦੇ ਹੈਗੇ ਨੇ, ਬੱਚਾ ਹੋਵੇ, ਬਜ਼ੁਰਗ ਹੋਵੇ। ਈਵਨ ਮੈਂ ਕਿਸੇ ਜ਼ਮਾਨੇ ਦੇ ਵਿੱਚ ਤਬਲਾ ਵਜਾਉਂਦਾ ਹੁੰਦਾ ਸੀਗਾ, ਜਿਹੜਾ ਕਿ ਜਦੋਂ ਬਿਜ਼ਨਸ ਵਿੱਚ ਪੈ ਗਿਆ, ਉਹ ਸਭ ਚੀਜ਼ਾਂ ਹੋ ਗਈਆਂ, ਲਾਈਫ ਇੱਕਦਮ ਬਦਲ ਗਈ, ਸਭ ਕੁਛ ਹੋ ਗਿਆ, ਛੁੱਟ ਗਈ ਸਾਡੇ ਕੋਲ, ਉਹ ਦੁਬਾਰਾ ਸ਼ੁਰੂ ਕਰਤਾ ਸੀ। ਧੰਨਵਾਦ ਤੁਹਾਡਾ ਬਹੁਤ ਬਹੁਤ, ਕਿਉਂਕਿ ਇਹ ਵੀਰਜੀਤ ਸਿੰਘ ਜੀ ਆਏ ਹੋ ਅਤੇ ਸਰਬਜੀਤ ਸਿੰਘ ਆਲੂਵਾਲ ਦੇ ਕਹਿਣ ਦਾ ਮਤਲਬ ਕਿ ਉਹਨਾਂ ਦੇ ਆਇਆਂ ਦਾ ਤੁਸੀਂ ਲਾਹਾ ਲਓ। ਵੀਰਜੀਤ ਸਿੰਘ ਜੀ, ਮੈਂ ਵੀ ਤੁਹਾਡਾ ਲਾਹਾ ਲੈਣਾ ਚਾਹੁੰਦਾ ਅਖੀਰ ਦੇ ਵਿੱਚ ਜ਼ਰੂਰ। ਬੰਸਰੀ ਸਾਹਮਣੇ ਪਈ ਆ ਗੁਰਬਾਣੀ ਦਾ ਕੋਈ ਸ਼ਬਦ, ਇੱਕ ਅੱਧੇ ਮਿੰਟ ਦੇ ਲਈ ਜ਼ਰੂਰ ਵਜਾਓ, ਅਤੇ ਫਿਰ ਆਪਾਂ ਸਮਾਪਤੀ ਵੱਲ ਵੱਜਣਾ ਉਸ ਤੋਂ ਬਾਅਦ। ਬੰਸਰੀ ਨੂੰ ਬੋਲਣ ਲਾਤਾ ਸੀ, ਬੰਸਰੀ ਬੋਲ ਰਹੀ ਸੀ ਤੇ ਬਿਲਕੁਲ ਸ਼ਬਦ ਦੀ ਉਹ ਇਕੱਲੀ ਇਕੱਲੀ ਗੱਲ ਸਮਝ ਆ ਰਹੀ ਸੀ। ਅਖੀਰ ਦੇ ਵਿੱਚ ਕੋਈ ਗੱਲ ਜੇ ਕਦੇ ਬਖਸ਼ ਕਹਿਣਾ ਚਾਹੋ ਤਾਂ ਕਹਿ ਸਕਦੇ ਸੀ? ਬਹੁਤ ਬਹੁਤ ਧੰਨਵਾਦ ਸੰਗਤ ਟੀਵੀ ਦਾ, ਜਿਨ੍ਹਾਂ ਨੇ ਦਾਸ ਨੂੰ ਇਹ ਮੌਕਾ ਦਿੱਤਾ ਹੈ ਕਿ ਆਪ ਜੀ ਦੇ ਰੂਬਰੂ ਹੋਵਾਂ, ਆਪ ਜੀ ਨਾਲ ਮੁਖਾਤਿਬ ਹੋਵਾਂ, ਅਤੇ ਇਹ ਜਿਹੜਾ ਸੰਦੇਸ਼ ਮੈਂ ਪਹਿਲਾਂ ਵੀ ਦਿੱਤਾ ਹੈ, ਹੁਣ ਵੀ ਮੈਂ ਦੁਬਾਰਾ ਇਹ ਗੱਲ ਕਹਿਣਾ ਚਾਹੂੰਗਾ ਕਿ ਪ੍ਰੇਮ ਦੇ, ਜਿਹੜੀ ਪ੍ਰੇਮ ਦੇ ਨਾਲ ਪੂਰੀ ਦੁਨੀਆ ਨੂੰ ਤੁਸੀਂ ਆਪ ਇੱਕ ਮਿਕ ਕਰ ਸਕਦੇ ਹੋ, ਪਿਆਰ ਕਰ ਸਕਦੇ ਹੋ, ਪਿਆਰ ਵੰਡ ਸਕਦੇ ਹੋ, ਇਸ ਤਰ੍ਹਾਂ ਹੀ ਪਿਆਰ ਵੰਡੀ ਜਾਓ, ਸਾਰੇ ਨੂੰ ਆਪਣੇ ਨਾਲ ਜੋੜ ਕੇ ਚੱਲੋ, ਅਤੇ ਗੁਰਸਿੱਖੀ ਜੀਵਨ ਸਤਿਗੁਰ ਸਭ ਨੂੰ ਬਖਸ਼ੇ।
ਵੀਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸੰਗਤ ਟੈਲੀਵਿਜ਼ਨ ਦੇ ਸਟੂਡੀਓ 'ਚ ਆਏ, ਸੰਗਤਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ, ਆਪਣੇ ਜੀਵਨ ਦੇ ਕੁਝ ਤਜਰਬੇ ਸਾਂਝੇ ਕੀਤੇ, ਵੀਰ ਸਰਬਜੀਤ ਸਿੰਘ ਆਲੂਵਾਲੀ ਜੀ ਦਾ ਧੰਨਵਾਦ ਜਿਹੜੇ ਚੇਚੇ ਤੌਰ 'ਤੇ ਤੁਹਾਨੂੰ ਲੈ ਕੇ ਆਏ। ਇੱਥੇ ਸੰਗਤਾਂ ਨੂੰ ਸੰਬੋਧਨ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜਿਹੜੇ ਦਰਸ਼ਕ ਸੁਣ ਰਹੇ ਨੇ, ਜਿਹੜੇ ਖਾਸ ਕਰਕੇ ਨੌਜਵਾਨ ਸੁਣ ਰਹੇ ਨੇ, ਕਿ ਵੀਰਜੀਤ ਸਿੰਘ ਜੀ ਸਹਿਜਧਾਰੀ ਪਰਿਵਾਰ ਦਾ ਜੰਮਪਲ ਬ੍ਰਿਜ ਭੂਸ਼ਣ ਪਹਿਲਾਂ ਨਾਂ ਸੀ। ਜੇ ਬ੍ਰਿਜ ਭੂਸ਼ਣ ਗੁਰਬਾਣੀ ਨਾਲ ਜੁੜ ਕੇ, ਕੀਰਤਨ ਨਾਲ ਜੁੜ ਕੇ ਵੀਰਜੀਤ ਸਿੰਘ ਬਣ ਸਕਦਾ, ਆਪ ਸਿੱਖੀ ਜੀਵਨ ਜੂ ਸਕਦਾ, ਦੂਜਿਆਂ ਨੂੰ ਸਿੱਖੀ ਜੀਵਨ ਲਈ ਪ੍ਰੇਰਿਤ ਕਰ ਸਕਦਾ, ਤਾਂ ਬਿਲਕੁਲ ਉਹਨਾਂ ਦੀ ਗੱਲ ਦੀ ਮਨ ਦੀ ਗੱਲ ਵੀ ਇਹ ਹੈ ਕਿ ਜੇ ਮੇਰਾ ਜੀਵਨ ਤੁਸੀਂ ਦੇਖ ਲਓ ਕਿ ਜੇ ਬ੍ਰਿਜ ਭੂਸ਼ਣ ਵੀਰਜੀਤ ਸਿੰਘ ਬਣ ਸਕਦਾ, ਤਾਂ ਤੁਸੀਂ ਆਪਾਂ ਸਾਰੇ ਸਿੱਖ ਘਰਾਂ ਦੇ ਜੰਮਪਲ ਬੱਚੇ ਜਿਹੜੇ ਇੰਗਲੈਂਡ ਦੇ ਵਿੱਚ ਨੇ, ਕਿਸੇ ਕਾਰਨਾਂ ਕਰਕੇ, ਮਾਹੌਲ ਕਰਕੇ, ਆਲੇ ਦੁਆਲੇ ਕਰਕੇ ਸਿੱਖੀ ਤੋਂ ਦੂਰ ਹੋ ਗਏ, ਅਸੀਂ ਕਿਉਂ ਨਹੀਂ ਦੁਬਾਰਾ ਸਿੱਖੀ ਧਾਰਨ ਕਰ ਸਕਦੇ? ਸੋ ਕੀਰਤਨ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਗੁਰੂ ਦੀ ਮਹਿਮਾ ਦੇ ਨਾਲ ਜੁੜੀਏ। ਅਤੇ ਜਿਹੜੀ ਉਹਨੇ ਗੱਲ ਖਾਸ ਤੌਰ 'ਤੇ ਕਹੀ ਕਿ ਗੁਰੂ ਨਾਨਕ ਸਾਹਿਬ ਨੇ ਪ੍ਰੇਮ ਦੇ ਕਲਾਵੇ 'ਚ ਲੈ ਕੇ ਸਾਰੇ ਸੰਸਾਰ ਨੂੰ ਗੁਰਮਤ ਦੇ ਮਾਰਗ 'ਤੇ ਤੋਰਿਆ ਸੀ, ਜੋ ਤੋਂ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤੜੀ ਗਲੀ ਮੁਰੀ ਆਓ, ਜਾਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਸੋ ਆਪਾਂ ਸਾਰੇ ਉਸ ਪ੍ਰੇਮ ਦੇ ਮਾਰਗ 'ਤੇ ਤੁਰੀਏ, ਗੁਰਮਤ ਨਾਲ ਪ੍ਰੇਮ ਕਰੀਏ, ਗੁਰੂ ਨਾਲ ਪ੍ਰੇਮ ਕਰੀਏ, ਅਤੇ ਗੁਰੂ ਨੇ ਸਰਬੱਤ ਦਾ ਭਲਾ ਕਰਨਾ ਸਿਖਾਇਆ। ਜੇ ਸਾਡੇ 'ਚ ਉਹ ਭਾਵਨਾ ਆ ਜਾਏਗੀ, ਸਰਬੱਤ ਨੂੰ ਆਪਣੇ ਕਲਾਵੇ 'ਚ ਅਸੀਂ ਲੈ ਸਕਦੇ ਹਾਂ, ਸਿੱਖੀ ਫੈਲੇਗੀ, ਦੁਨੀਆ ਦੇ ਵਿੱਚ ਸਿੱਖੀ ਦਾ ਭਵਿੱਖ ਰੋਸ਼ਨ ਹੈ। ਇਸੇ ਰੋਸ਼ਨ ਭਵਿੱਖ ਦੇ ਲਈ ਆਪਾਂ ਸਾਰੇ ਆਸ ਅਤੇ ਅਰਦਾਸ ਦੇ ਨਾਲ ਇੱਕ ਵਾਰ ਖਿਮਾ ਜਾਚਨਾ ਕਰਦੇ ਹਾਂ ਜੀ, ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।